ਕੋਲ 1 3 ਤੇ 4 ਅੰਦਰੂਨੀ ਕੋਣ ਹਨ 2 5 ਅਤੇ 6 ਬਾਹਰੀ ਕੋਣ ਹਨ ਮੈਂ ਇਸ 2 2 ਦੇ 2 ਦੇ ਬਰਾਬਰ ਦਾ ਮਾਪ ਕੋਣ ਕੱਟਿਆ ਹੈ ਇਵੇਂ ਹੀ ਮੈਂ 5 6 ਦੇ ਬਰਾਬਰ ਦਾ ਕੋਣ ਕੱਟਿਆ ਹੈ ਉਸੇ ਤਰ੍ਹਾਂ ਹੀ ਮੈਂ 5 ਦੇ ਬਰਾਬਰ ਦਾ ਕੋਣ ਵੀ ਕੱਟਿਆ ਹੈ ਹੁਣ ਮੈਂ ਤੁਹਾਨੂੰ ਇਸ ਨੂੰ ਚਿਪਕਾ ਕੇ ਦੱਸਾਂਗੀ ਕਿ ਇਸ ਦਾ ਕੋਣ ਇਸਦਾ ਮਾਪ 60 ਡਿਗਰੀ ਕਿਵੇਂ ਆਉਂਦਾ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਇਹ ਚੱਕਰ ਪੂਰਾ ਹੋ ਗਿਆ ਹੈ ਇਸ ਦਾ ਅਰਥ ਹੈ ਕਿ ਇਹ ਦੇ ਬਾਹਰੀ ਗੁਣਾ ਜੋੜ 360 ਡਿਗਰੀ ਹੁੰਦਾ ਹੈ ਹੁਣ ਇਵੇਂ ਇਹ ਇਸੇ ਤਰ੍ਹਾਂ ਸਾਡੇ ਕੋਲ ਦੂਸਰੀ ਅਕ੍ਰਿਤੀ ਚਤੁਰਭੁਜ ਹੈ ਇਹ ਦੇ ਬਾਹਰੀ ਕੋਣ 4 ਹੁੰਦੇ ਹਨ 1 2 3 ਅਤੇ 4 ਹੁਣ ਅਸੀਂ ਇਸਨੂੰ ਚਿਪਕਾਇਆ ਹੈ ਅਤੇ ਇਹ ਚੱਕਰ ਵੀ ਪੂਰਾ ਹੋ ਗਿਆ ਹੈ ਇਸ ਦਾ ਅਰਥ ਹੈ ਕਿ ਇਹ ਵੀ ਇਸ ਦਾ ਜੋੜ 360 ਡਿਗਰੀ ਵੀ ਹੁੰਦਾ ਹੈ ਸਾਡੇ ਕੋਲ ਬਾਹਰੀ ਕੋਲ 5 ਹਨ 1 2 3 4 ਅਤੇ 5 ਹੁਣ ਅਸੀਂ ਇਸਨੂੰ ਚਿਪਕਾ ਕੇ